नमस्कार आदाब आप सभी दर्शकों को राधा स्वामी कहते हैं जिसका रखवाला गुरु होता है उसका खुशियों से ही दिन शुरू होता है सवाल जवाब के इस वीडियो में देखेंगे आज बाबा जी ने श्रद्धालु द्वारा पूछे गए प्रश्न पर क्या उत्तर दिया बाबा जी अक्सर देखा जाता है जो तो जोड़ा की तकलीफ होंगी है तो आप नॉन वेज दवाई खान किया जाता है तो आप खानी चाहिए बिल्कुल नहीं बिल्कुल नहीं खानी चाहिए ਇੱਕ ਬਾਬਾ ਜੀ ਜਦੋਂ ਕੋਈ ਜੀਵ ਨਾਮਦਾਨ ਲੈ ਕੇ ਨਹੀਂ ਮੈਨੂੰ ਇਹ ਦੱਸੋ ਉਹ ਤੁਹਾਡੇ ਕੋਲੇ ਹਲਦੀ ਹੈਗੀ ਹੈ ਹੋਰ ਕਿੰਨੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਉਸੇ ਚੀਜ਼ ਨੂੰ ਠੀਕ ਕਰ ਸਕਦੀਆਂ ਜ਼ਰੂਰੀ ਨਹੀਂ ਕਿ ਆਪਾਂ ਦੂਜੇ ਪੁੱਠੇ ਪਾਸੇ ਜਾਣਾ ਹੈ ਹਾਂਜੀ ਹਾਂ ਇੱਕ ਬਾਬਾ ਜੀ ਜਦੋਂ ਜੀਵ ਨਾਮਦਾਨ ਲੈ ਲੈਂਦਾ ਹੈ ਨਾਮਦਾਨ ਲੈ ਕੇ ਫਿਰ ਉਹ ਛੱਡ ਦੇਵੇ ਤਾਂ ਫਿਰ ਉਹ ਸਿਮਰਨ ਤੇ ਬੈਠਦਾ ਹੈ ਤਾਂ ਉਹਨੂੰ ਉਹ ਸਿਮਰਨ ਕਰਨਾ ਚਾਹੀਦਾ ਜੋ ਤੁਸੀਂ ਨਾਮਦਾਨ ਦਿੱਤਾ ਹੈ ਜਾਂ ਬੇਟਾ ਸ਼ੱਦਨ ਦੀ ਕੀ ਗੱਲ ਹੈਗੀ ਆ ਸਾਡਾ ਧਿਆਨ ਪੁੱਠੇ ਪਾਸੇ ਚਲ ਜਾਂਦਾ ਹੈ ਕਈ ਵਾਰੀ ਆਪਾਂ ਫੇਰ ਧਿਆਨ ਵਾਪਸ ਲੈ ਆਉਂਦੇ ਆ ਜੋ ਸਿਮਰਨ ਦਿੱਤਾ ਗਿਆ ਉਹ ਤਾਂ ਬਦਲਣਾ ਨਹੀਂ ਬੇਟਾ ਭਜਨ ਸਿਮਰਨ ਤਾਂ ਬਦਲ ਨਹੀਂ ਸਕਤਾ ਲੈ ਸਕਦੇ ਆ ਉਹ ਯੋ ਨਾਮਦਾਨ ਕੀ ਜਿਹੜਾ ਤੁਸੀਂ ਦਿੱਤਾ ਹੈ ਬਖਸ਼ਾਇਆ ਨਾਮਦਾਨ ਉਹ ਯੋ ਲੈ ਸਕਦੇ ਆ ਆਪਾਂ ਫੇਰ ਨਹੀਂ ਨਹੀਂ ਲੈਣ ਦੀ ਕੀ ਮਤਲਬ ਹੈ ਬੇਟਾ ਭਜਨ ਸਿਮਰਨ ਕਰਨਾ ਹੈ ਹਾਂਜੀ ਲੈਣਾ ਨਹੀਂ ਕਰਨਾ ਹਾਂਜੀ ਤੇ ਜੋ ਤੁਹਾਨੂੰ ਸਮਝਾਤਾ ਬਸ ਉਹ ਕਰੋ ਹਾਂਜੀ ਬੱਸ ਬਾਬੇ ਕੋਈ ਮੈਨੂੰ ਬਹੁਤ ਕੁਝ ਦਿੱਤਾ ਜੋ ਵੀ ਦਿੱਤਾ ਹੈ ਮੰਗਣ ਤੋਂ ਪਹਿਲਾਂ ਦਿੱਤਾ ਬਾਬਾ ਜੀ ਵਸੇ ਇਹ ਕਿਰਪਾ ਬਣਾਈ ਰੱਖੋ ਕਿ ਜੋ ਵੀ ਮੇਰੇ ਮਨ ਵਿੱਚ ਹੈ ਜੋ ਮੇਰੇ ਦਿਲ ਚ ਹੈ ਉਹ ਮੈਨੂੰ ਜ਼ਰੂਰ ਦੇਓ ਤੇ ਮੈਂ ਅਸਲ ਗਲਤੀ ਕਰਦੀ ਹਾਂ ਬਾਬਾ ਜੀ ਆਪਾ ਉਹ ਤਾਂ ਮੰਗਣਾ ਹੀ ਨਹੀਂ ਚਾਹੀਦਾ ਬੇਟਾ ਜੇ ਦੇਖੋ ਮੰਗੋ ਮੰਗਿਏ ਤਾਂ ਜੇ ਸਾਨੂੰ ਪਤਾ ਹੋਵੇ ਸਾਡੇ ਵਾਸਤੇ ਚੰਗਾ ਕੀ ਹੈ ਹਲੇ ਜੋ ਕੁਝ ਆਪਾ ਹਲੇ ਤੱਕਰ ਮੰਗੇ ਆ ਉਹ ਗਲਤੀ ਮੰਗੇ ਐਸੇ ਕਰਕੇ ਤਾਂ ਕਰਮ ਕਾਂਡ ਵਿੱਚ ਫਸੇ ਹੋਏ ਬਿਆਸ ਜੁੜੀ ਹਰ ਖਬਰ ਪਾਣੇ ਲਈ ਸਬਸਕ੍ਰਾਈਬ ਕਰ ਲਿਜੀਏ ਹਮਾਰਾ YouTube ਚੈਨਲ ਸਿਟੀ ਵੈਬ ਕੋ